ਬਈ ਆਹ ਦੇਖੋ ਇੱਧਰ ਕੀ ਨਵਾਂ ਜੁਗਾੜ ਲਗਾ ਲਿਆ। ਉਧਰਲੇ ਪਾਸਿਓ ਜਦੋਂ ਡਰੋਨ ਚੜ੍ਹਦੇ ਸੀ ਤਾਂ ਡਰੋਨਾਂ ਦੇ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ ਕਿਸਾਨਾਂ ਨੂੰ, ਅਤੇ ਇਸ ਤੋਂ ਬਾਅਦ ਇੱਥੇ ਆਏ ਹੋਏ ਲੋਕਾਂ ਨੇ ਜੁਗਾੜ ਲਗਾਇਆ ਪਤੰਗ ਛੱਡਦੇ। ਬਾਈ ਦੇਖੋ ਕਿਸ ਤਰੀਕੇ ਦੇ ਨਾਲ ਪਤੰਗ ਚਾੜ ਰਹੇ ਨੇ। ਕੁੜੀ ਦੇਖ ਲਓ, ਕੁੜੀ ਕਹਿੰਦੀ ਸਭ ਤੋਂ ਪਹਿਲਾਂ ਡਰੋਨ ਦੇ ਵਿੱਚ ਜਿਹੜਾ ਪਤੰਗ ਹੈ ਮੈਂ ਫਸਾਊਂਗੀ। ਤੁਸੀਂ ਆਹ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਸਾਰੇ ਲੋਕ ਪਤੰਗ ਚੜਾਉਣ ਲੱਗ ਗਿਆ ਤੇ ਡਰੋਨ ਡਰ ਕੇ ਪਿੱਛੇ ਚਲਾ ਗਿਆ। ਬਾਈ ਤੁਸੀਂ ਨੇ ਪਹਿਲਾਂ ਦੇਖਿਆ ਕਿ ਸ਼ੰਭੂ ਤੇ ਵੀ ਇਹ ਸਕੀਮ ਕਾਮਯਾਬ ਰਹੀ ਅਤੇ ਨਾਲ ਹੀ ਖਨੌਰੀ ਵੀ ਇਹ ਸਕੀਮ ਕਾਮਯਾਬ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਦੋਸਤੋ ਕਹਿੰਦੇ ਨੇ ਜੀ ਜਬਰ ਦਾ ਮੁਕਾਬਲਾ ਸਬਰ ਨਾਲ, ਅਤੇ ਇਹੀ ਇੱਥੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਖਨੌਰੀ। ਚਾਹੇ ਕਿਸਾਨਾਂ ਕੋਲੇ ਉਹ ਸਾਧਨ ਨਹੀਂ ਜਿੰਨੇ ਕਿ ਦੂਸਰੇ ਪਾਸੇ ਨੇ, ਪਰ ਫਿਰ ਵੀ ਕਿਸਾਨ ਜਾਂ ਕਿਸਾਨਾਂ ਦੇ ਨੌਜਵਾਨ ਆਪਣੇ ਦਿਮਾਗ ਦੇ ਨਾਲ ਇਸ ਅੰਦੋਲਨ ਦੇ ਵਿੱਚ ਫਤਿਹ ਕਰਨਾ ਚਾਹੁੰਦੇ ਨੇ, ਅਤੇ ਇਸੇ ਤਰ੍ਹਾਂ ਦਾ ਖਨੌਰੀ ਬੈਰੀਅਰ ਦੇ ਉੱਪਰ ਵੀ ਦੇਖਣ ਨੂੰ ਮਿਲਿਆ ਜਦੋਂ ਦੂਸਰੇ ਪਾਸਿਓਂ ਡਰੋਨ ਛੱਡੇ ਗਏ ਕਿਸਾਨਾਂ ਦੇ ਉੱਪਰ, ਕਿਸਾਨਾਂ ਨੂੰ ਪਰੇਸ਼ਾਨ ਕਰਨ ਨੂੰ। ਅਤੇ ਇਸ ਤੋਂ ਬਾਅਦ ਇੱਥੇ ਲੋਕਾਂ ਨੇ ਦਿਮਾਗ ਲਗਾਇਆ ਕਿ ਪਤੰਗ ਦੇ ਨਾਲ ਡਰੋਨ ਥੱਲੇ ਤਾਰੇ ਜਾਣ, ਕਿਉਂਕਿ ਇਹ ਸਕੀਮ ਸ਼ੰਭੂ ਦੇ ਉੱਪਰ ਵੀ ਕਾਮਯਾਬ ਰਹੀ ਸੀ। ਅਤੇ ਦੋਸਤੋ ਇੱਥੇ ਵੀ ਸਕੀਮ ਕਾਮਯਾਬ ਰਹੀ, ਤਾਂ ਆਓ ਇਹ ਪਿਆਰੀ ਜਿਹੀ ਵੀਡੀਓ ਦੇਖ ਲੈਂਦੇ ਹਾਂ। ਜਦੋਂ ਪਤੰਗ ਚਾੜਨ ਲੱਗੇ ਤਾਂ ਉਹ ਡਰੋਨ ਸੀ ਜਿਹੜਾ ਉਹਨਾਂ ਦਾ, ਉਹ ਆਪਣਾ ਪਿੱਛੇ ਲੈ ਗਏ ਕਿਤੇ ਨੁਕਸਾਨ ਨਾ ਕਰਾ ਬੈਠੀਏ। ਇੱਥੇ ਬਾਈ ਬਹੁਤ ਸਾਰੇ ਲੋਕ ਪਤੰਗ ਲੈ ਕੇ ਆਏ ਸੀ, ਵੱਡੀਆਂ ਵੱਡੀਆਂ ਡੋਰਾਂ ਲੈ ਕੇ ਆਏ ਸੀ। ਡੋਰਾਂ ਵੀ ਮਜ਼ਬੂਤ ਸੀ ਅਤੇ ਪਤੰਗ ਵੀ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਵਧੀਆ ਕੁਆਲਿਟੀ ਦੇ ਲਿਆਉਂਦੇ ਗਏ ਸੀ। ਸਾਰਾ ਦਿਨ ਛੱਡ ਕੇ ਰੱਖੇ ਪੱਕੇ, ਚਾੜ ਕੇ ਪਤੰਗ ਦਰਖਤਾਂ ਦੇ ਨਾਲ ਬੰਨਤੇ, ਅਤੇ ਉਸ ਤੋਂ ਬਾਅਦ ਇੱਕ ਵਾਰ ਵੀ ਡਰੋਨ ਇੱਧਰ ਨਹੀਂ ਆਇਆ, ਕਿਉਂਕਿ ਡਰੋਨ ਦੀ ਵਜ੍ਹਾ ਨਾਲ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਲੋਕਾਂ ਨੂੰ। ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿ ਆਖਰ ਇਹ ਜੁਗਾੜ ਹੈ ਕੀ। ਮਿੱਤਰ ਪਿਆਰੋ ਦੇਖ ਰਹੇ ਹੋ ਬਾਈ, ਇੱਧਰੋਂ ਚਾੜ ਰਿਹਾ ਪਤੰਗ, ਇਹ ਡਰੋਨ ਕਿਹੜੇ ਛੱਡੇ ਜਾ ਰਹੇ ਨੇ ਵੀ ਉਹਨਾਂ ਨੂੰ ਡਿੱਗਿਆ ਜਾਵੇ ਥੱਲੇ, ਤੇ ਬਾਈ ਹੋਰੀ ਚਾੜ ਰਹੇ ਨੇ, ਦਿਖਾ ਦਿੰਦੇ ਹਾਂ। ਬਾਈ ਪਹੁੰਚ ਜੂਗਾ ਉੱਥੇ ਤੁੱਕਾ? ਨਹੀਂ ਧਾਗੇ ਤਾਂ ਬਹੁਤ ਆ। ਹਾਂ, ਜੇ ਡਰੋਨ ਚ ਫਸਾ ਲਿਆ ਡੇਗ ਲਓਗੇ ਥੱਲੇ ਜਾਂ ਨਾ? ਇਹ ਤਾਂ ਮਾੜਾ ਜਿਹਾ ਹੁੰਦਾ, ਫਸ ਗਿਆ ਇੱਕ ਪੁੰਜਾ ਵੀ ਬਾ ਡਰੋਨ ਨੇ ਉਹਦੇ ਡਿੱਗ ਪੈਣਾ। ਪਹਿਲਾਂ ਸਕੀਮ ਕਿੱਥੇ ਦੇਖੀ ਆ ਤੁਸੀਂ ਨੇ ਇਹ ਜਾਂ ਆਪੇ ਦਿਮਾਗ ਲਾਇਆ? ਦਿਮਾਗ ਲਾਇਆ ਬਾਈ ਨੇ, ਇੱਕ ਵਾਰੀ ਤਾਂ ਬਾਈ ਨੇ ਡਰਾ ਕੇ ਮੋੜ ਤਾਂ ਡਰੋਨ ਚ ਆ ਗਿਆ ਸੀ ਇੱਧਰ, ਤੇ ਬਾਈ ਨੇ ਕਦੋਂ ਪਤੰਗ ਲਾਇਆ ਲਵੇ ਜੇ ਤਾਂ ਡਰੋਨ ਲੈ ਕੇ ਪਿੱਛੇ ਮੋੜ ਕੇ ਉਹ ਇਹਨੂੰ ਹੁਣ ਚਾੜ ਕੇ ਰੱਖੋਗੇ ਬਾਈ? ਕਿੰਨੇ ਕੁ ਬੰਦੇ ਨੇ ਪਤੰਗਾਂ ਨੇ ਆਪਣੇ? ਅੱਛਾ, ਤੁਸੀਂ ਨੇ ਨੋਟ ਕਰੀ ਗੱਲ ਕਦੋਂ ਇੱਧਰ ਆ ਗਿਆ ਸੀ ਡਰੋਨ ਪਤੰਗ ਚੜ੍ਹੇ ਪਿੱਛੇ ਲੈ ਕੇ ਮੁੜ ਕੇ ਲਾ ਲਿਆ ਹੋਊਗਾ ਉਹਨਾਂ ਨੇ ਵੀ ਸਾਹਿਬ ਵੀ ਤਾਂ ਹੀ ਚੜ੍ਹੇ? ਤਾਂ ਮਿੱਤਰ ਪਿਆਰੋ ਬਾਈ ਦੇ ਕਿਸਾਨ ਨੇ ਬਾਈ ਦਿਮਾਗ ਨੇ, ਦਿਮਾਗ ਦੇ ਨਾਲ ਡਰੋਨ ਸੀ ਜਿਹੜਾ ਉੱਪਰ ਆ ਗਿਆ ਸੀ ਬਿਲਕੁਲ ਵਾਪਸ ਮੋੜਿਆ ਇਹਨਾਂ ਨੇ, ਕਿਉਂਕਿ ਉਹ ਡਰੋਨ ਨਾਲ ਨਾ ਇੱਧਰੋਂ ਕਈ ਵਾਰੀ ਉੱਪਰ ਆ, ਤੇ ਇੱਧਰੋਂ ਬਾਈਆਂ ਨੇ ਪਿੱਛੇ ਮੋੜਤਾ ਪਤੰਗਾਂ ਦੇ ਨਾਲ। ਇਹ ਕੱਲ੍ਹ ਦਿਮਾਗ ਲਾਇਆ ਸੀ ਵੀ ਉੱਪਰ ਆਉਂਦਾ ਕਦੋਂ ਡਰੋਨ, ਤਾਂ ਉਹਨੂੰ ਪਤੰਗਾਂ ਨਾਲ ਵਾਪਸ ਮੋੜਿਆ ਜਾਊਗਾ। ਇੱਕ ਬਾਈ ਕਹਿੰਦਾ ਕਦੋਂ ਮਾੜਾ ਜਿਹਾ ਵਿੱਚ ਫਸਿਆ ਤਾਂ ਉਹਨੂੰ ਮਤਲਬ ਝੂਟਾ ਮਾਰਾਂਗੇ ਡਰੋਨ ਥੱਲੇ, ਤੇ ਦੇਖ ਰਹੇ ਹੋ ਤੁਸੀਂ ਇਸ ਵਕਤ ਕਿਹੜਾ ਡਰੋਨ ਆ, ਡਰੋਨ ਕੋਈ ਚੜ੍ਹ ਨਹੀਂ ਰਿਹਾ ਹੈਗਾ, ਪਰ ਬਾਈ ਹੋਰਾਂ ਨੇ ਦਿਮਾਗ ਹੈ ਕਿਹੜਾ ਵਰਤਿਆ ਹੋਇਆ ਬਾਈ। ਤਾਂ ਹੋਰ ਵੀ ਨੇ ਇੱਧਰ ਵੀ ਚੜ੍ਹ ਰਹੇ ਨੇ ਪਤੰਗ, ਹੋਰ ਪਿੱਛੇ ਮੈਂ ਦਿਖਾ ਦਿੰਦਾ ਜ਼ੂਮ ਕਰਕੇ ਥੋੜ੍ਹਾ ਜਿਹਾ, ਆਹ ਚੜ੍ਹ ਰਿਹਾ ਇੱਕ, ਤਾਂ ਕਿਸਾਨਾਂ ਨੇ ਇੱਧਰ ਪਤੰਗ ਚਾੜਨੇ ਬਾਈ ਸ਼ੁਰੂ ਕਰਤੇ ਉਹ ਲੈ ਕੇ ਮੋੜ ਕੇ। ਗੁੜੀਆ ਬਾਈ ਆਪਣੀ ਧੀ ਆ ਵਿਚਾਰੀ, ਇਹ ਕਹਿੰਦੀ ਮੈਂ ਉਡਾ ਕੇ ਦੇਖਦੀ ਹਾਂ ਪਤੰਗ। ਬਾਈ ਉਡਾ ਲੈਣੇ ਪਹਿਲਾਂ ਪਤੰਗ? ਹਾਂ ਹਾਂ, ਇਹੀ ਕੰਮ ਕੀਤੇ ਆ ਹੁਣ ਤੱਕ। ਸਿੱਕ ਲਓਗੇ ਥੱਲੇ ਡਰੋਨ ਨੂੰ? ਹਾਂ ਹਾਂ, ਤਕਰੀਬਨ ਕੋਸ਼ਿਸ਼ ਤਾਂ ਕਰਨੀ ਹੈ, ਕੋਸ਼ਿਸ਼ ਤਾਂ ਕਰਨੀ ਹੈ, ਠੀਕ ਹੈ। ਤੇ ਡਰੋਨ ਦੇਖ ਰਹੇ ਹੋ ਤੁਸੀਂ, ਡਰੋਨ ਉਹਨਾਂ ਨੇ ਫੇਰ ਭੇਜਤਾ ਇੱਕ ਵਾਰੀ ਇੱਧਰ, ਤੇ ਅਸਲ ਦੇ ਵਿੱਚ ਹਵਾ ਨਹੀਂ ਇਹਨਾਂ ਦਾ ਸਾਥ ਦੇ ਰਹੀ ਸੀਗੀ, ਹਵਾ ਚੱਲ ਰਹੀ ਆ ਉਲਟ ਪਾਸੇ। ਤੇ ਗੁੜੀਆ ਇਹ ਚੜਾ ਰਹੀ ਆ ਪਤੰਗ, ਕਹਿੰਦੀ ਕੁੜੀ ਕਹਿੰਦੀ ਇਹੀ ਕੰਮ ਕਰ ਰਹੇ ਨੇ ਬਾਈ, ਹੁਣ ਸੱਟ ਲੂਗੀ ਫਸਾ ਕੇ ਇਹਨੂੰ। ਤੇ ਦੇਖਦੇ ਹਾਂ ਡਰੋਨ ਫੇਰ ਲੈ ਕੇ ਮੋੜ ਕੇ, ਉਹ ਜਦੋਂ ਉੱਪਰ ਆਉਂਦਾ ਪਤੰਗਾਂ ਨੂੰ ਦੇਖ ਕੇ ਡਰੋਨ ਇੱਕ ਵਾਰੀ ਫੇਰ ਤੋਂ ਉਹ ਵਾਪਸ ਲੈ ਕੇ ਫੇਰ ਲੈ ਜਾਂਦੇ ਨੇ ਮੋੜ ਕੇ। ਪਤੰਗ ਨੇ ਜਿਹੜੇ ਸਾਰੇ ਕਿਤੇ ਪਤੰਗੇ ਪਤੰਗ ਤੁਹਾਨੂੰ ਚੜ੍ਹਦੇ ਹੋਏ ਦਿਖਾਈ ਦੇ ਰਹੇ ਨੇ। ਬਾਈ ਪਤੰਗ ਕਾਹਦੇ ਵਾਸਤੇ? ਬਾਈ ਡਰੋਨ ਪਤੰਗੇ ਸਿੱਟ ਲਓਗੇ ਇਹਦੇ ਨਾਲ? ਮੈਂ ਕਹਿੰਦਾ ਦੇਖ ਰਿਹਾ ਕਿਵੇਂ, ਤੁਹਾਨੂੰ ਆਈਡੀਆ ਕਿਹਨੇ ਦਿੱਤਾ ਇਹ?
ਦਿਮਾਗ ਲਾਇਆ ਹੈ ਤਾਂ ਬਾਈ ਹੋਰੀ ਲੈ ਕੇ ਚੱਲਣੇ ਪਤੰਗ ਬਿਲਕੁਲ ਲਵੇ ਡਰੋਨ ਆਉਂਦਾ ਉਹਨਾਂ ਦਾ ਕਹਿੰਦੇ ਡਰੋਨ ਸਿੱਟਾਂਗੇ ਥੱਲੇ ਤਾਂ ਬਾਈ ਤੁਸੀਂ ਨੇ ਦੇਖਿਆ ਕਿ ਪਤੰਗ ਚੜਾਉਣ ਚ ਹਰ ਕੋਈ ਲੱਗਿਆ ਹੋਇਆ ਹਰ ਕੋਈ ਕਹਿੰਦਾ ਵੀ ਡਰੋਨ ਦੇ ਵਿੱਚ ਮੇਰਾ ਪਤੰਗ ਫਸੇ ਤੁਸੀਂ ਦੇਖ ਰਹੇ ਹੋ ਇਹ ਬਾਈ ਵੀ ਲੱਗਿਆ ਹੋਇਆ ਸੀ ਅਤੇ ਬਹੁਤ ਸਾਰੇ ਐਸੇ ਲੋਕ ਸੀ ਜੋ ਕਿ ਪਤੰਗ ਲੈ ਕੇ ਆਏ ਸੀ ਪਤੰਗ ਚੜਾਉਣ ਲੱਗੇ ਹੋਏ ਸੀ ਅਤੇ ਹੋਰ ਕਾਫੀ ਜਣੇ ਲੈਣ ਗਏ ਵੀ ਹੋਏ ਸੀ ਤਾਂ ਦੋਸਤੋ ਤੁਹਾਨੂੰ ਇਹ ਆਈਡੀਆ ਕਿਹੋ ਜਿਹਾ ਲੱਗਿਆ ਕਮੈਂਟਾਂ 'ਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੱਸ ਕੇ ਜਾਇਓ ਕਿਉਂਕਿ ਤੁਹਾਡੀ ਦਿੱਤੀ ਹੋਈ ਰਾਏ ਤੁਹਾਡੇ ਕੀਤੇ ਹੋਏ ਕਮੈਂਟ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦੇ ਨੇ ਤਾਂ ਦੋਸਤੋ ਅਗਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਅਗਰ ਆਪਣੇ ਚੈਨਲ 'ਤੇ ਆਪਣੇ ਪੇਜ 'ਤੇ ਪਹਿਲੀ ਵਾਰ ਆਇਓ ਤਾਂ ਇਸ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰਕੇ ਜਾਇਓ ਧੰਨਵਾਦ ਰੱਬ ਰਾਖਾ।